ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਘਰੇ ਦੁੱਧ ਗਿਆ ਸੀ ਮੁੱਕ, ਤੇ ਮੈਂ ਸੋਚਿਆ ਕਿ ਨਾਲੇ ਲੈ ਕੇ ਆਈਏ ਸੁਪਰ ਮਾਰਕੀਟ ਤੋਂ ਦੁੱਧ, ਤੇ ਨਾਲੇ ਤੁਹਾਨੂੰ ਦਿਖਾਈਏ ਕਿ ਆਸਟ੍ਰੇਲੀਆ ਦੇ ਵਿੱਚ ਦੁੱਧ ਦਾ ਕੀ ਪ੍ਰਾਈਸ ਚੱਲ ਰਿਹਾ ਪਰ ਲੀਟਰ, ਤੇ ਕਿੰਨੇ ਤਰ੍ਹਾਂ ਦੇ ਦੁੱਧ ਆ, ਮੈਂ ਸਾਰੇ ਦਿਖਾਊਂਗਾ, ਜੁੜੇ ਰਹੋ ਵੀਡੀਓ ਦੇ ਨਾਲ। ਮੇਰੇ ਵਾਲੀ ਸੁਪਰ ਮਾਰਕੀਟ ਜਿਹੜੀ ਮੇਰੇ ਕੋਲ ਆ ਉਹ ਰਹਿੰਦੀ ਹੈ ਰਾਤ ਦੇ 11 ਵਜੇ ਤੱਕ ਓਪਨ, ਤੇ ਖਾਣ ਪੀਣ ਦਾ ਕੋਈ ਫਿਕਰ ਨਹੀਂ ਹੈ, ਐਨੀ ਟਾਈਮ ਜਦੋਂ ਕੋਈ ਚੀਜ਼ ਮੁੱਕਦੀ ਹੈ ਨਾਲ ਹੀ ਆਪਾਂ ਥੱਲਿਓ ਲੈ ਆਈਦੀ। ਮੇਰੇ ਸ਼ੋਪਿੰਗ ਸੈਂਟਰ ਦੇ ਵਿੱਚ ਵੀ ਸੰਤੇ ਨੂੰ ਇੱਥੇ ਬਿਠਾ ਦੇਣਾ ਇਹਨਾਂ ਨੇ ਯਾਰ। ਇਹ ਡੈਕੋਰੇਸ਼ਨ ਮੈਨੂੰ ਉਹਦਾ ਜ਼ਿਆਦਾ ਵਧੀਆ ਲੱਗ ਰਹੀ ਹੈ ਪਹਿਲੇ ਸ਼ੋਪਿੰਗ ਸੈਂਟਰ ਨਾਲੋਂ, ਲੁੱਕ ਵਾਈਜ਼ ਬਹੁਤ ਘੈਂਟ ਆ। ਚੇਅਰ ਲੱਕੜ ਦੀ ਬਣਾਈ ਹੈ ਯਾਰ, ਡੈਕੋਰੇਸ਼ਨ ਬਹੁਤ ਬਿਊਟੀਫੁਲ ਆ। ਜ਼ਿਆਦਾਤਰ ਫੋਰਨ ਕੰਟਰੀ ਦੇ ਵਿੱਚ ਹਰ ਇੱਕ ਸ਼ੋਪਿੰਗ ਸੈਂਟਰ ਦੇ ਵਿੱਚ ਸੈਂਟਾ ਕਲੌਜ਼ ਦੀ ਇੱਕ ਜਗ੍ਹਾ ਬਣਾਈ ਹੁੰਦੀ ਆ ਜਿੱਥੇ ਤੁਸੀਂ ਆਪਣੀਆਂ ਫੋਟੋਜ਼ ਖਿਚਾ ਸਕਦੇ ਹਾਂ, ਅਤੇ ਉਸ ਤੋਂ ਬਾਅਦ ਉਹਨੂੰ ਤੁਸੀਂ ਪੇ ਕਰਕੇ ਤੇ ਤੁਸੀਂ ਆਪਣੀਆਂ ਫੋਟੋਜ਼ ਲੈ ਸਕਦੇ ਹਾਂ। ਇਹ ਤਾਂ ਡੈਕੋਰੇਸ਼ਨ ਲਈ ਐਕਚੁਅਲੀ ਬਣਾਇਆ ਹੁੰਦਾ ਆ ਯਾਰ। ਜਿਹੜੇ ਇੱਥੇ ਦੇ ਸੈਂਟੇ ਆ ਨਾ, ਖਾ ਖਾ ਮੋਟੇ ਪੂਰੇ ਪਲੇ ਪਏ ਆ। ਸੈਂਟੇ ਦੇ ਬੂਟ ਦੇ ਵਿੱਚ ਪਲਾਂਟ ਬਣਾਇਆ ਹੋਇਆ ਯਾਰ, ਕਿੰਨਾ ਕਿਊਟ ਜਿਹਾ ਲੱਗਦਾ ਉੱਦਾਂ। ਇਹਨਾਂ ਨੇ ਤਾਂ ਯਾਰ ਚੇਂਜ ਹੀ ਕਰਤਾ ਬੈਰੀ ਕ੍ਰਿਸਮਿਸ, ਮੈਰੀ ਕ੍ਰਿਸਮਿਸ ਦੀ ਜਗ੍ਹਾ ਬੈਰੀ ਕ੍ਰਿਸਮਿਸ। ਗਾਇਸ ਇਹ ਸਾਰਾ ਕੋਲ ਦਾ ਆਪਣਾ ਬ੍ਰਾਂਡ ਆ, ਇਹਨਾਂ ਦੇ ਸਾਰੇ ਆਪਣੇ ਬ੍ਰਾਂਡ ਦੇ ਮਿਲਕ ਆ। ਫੁੱਲ ਕ੍ਰੀਮ ਮਿਲਕ, ਫੁੱਲ ਕ੍ਰੀਮ ਮਿਲਕ ਹੈਗਾ $4.50 ਦਾ 3 ਲੀਟਰ ਦੀ ਬੋਟਲ, ਅਤੇ 2 ਲੀਟਰ ਦੀ ਵੀ ਬੋਟਲ ਆ ਜਾਂਦੀ ਆ। ਇਹ 3 ਲੀਟਰ $4.50 ਆ, 2 ਲੀਟਰ $3.10 ਦਾ ਆ 2 ਲੀਟਰ ਦੀ ਬੋਤਲ। ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਦੁੱਧ ਇੰਨੀ ਦੇਰ ਤੱਕ ਲੌਂਗ ਲਾਸਟਿੰਗ ਕਿੱਦਾਂ ਹੁੰਦਾ। ਪਹਿਲਾਂ ਤਾਂ ਇਹ ਦੱਸਦਾ ਕਿ ਇਹ ਪੈਸਚਰਾਈਜ਼ਡ ਮਿਲਕ ਹੁੰਦਾ, ਇਹ ਸਾਰਾ ਗਾਂ ਦਾ ਦੁੱਧ ਆ। ਮੈਨੂੰ ਅੱਜ ਤੱਕ ਇੱਥੇ ਕਦੀ ਮੱਝ ਦਾ ਦੁੱਧ ਦੇਖਣ ਨੂੰ ਨਹੀਂ ਮਿਲਿਆ। ਜ਼ਿਆਦਾਤਰ ਜਿੰਨਾ ਵੀ ਦੁੱਧ ਪਿਆ ਹੁੰਦਾ ਹੈ 99% ਕਾਓ ਮਿਲਕ ਆ, ਅਤੇ ਇਹਨੂੰ ਸਭ ਤੋਂ ਪਹਿਲਾਂ ਇਹ ਪੈਸਚਰਾਈਜ਼ਡ ਮਿਲਕ ਹੈ, ਇਹਨੂੰ ਬਹੁਤ ਇੱਕ ਸਰਟਨ ਟੈਂਪਰੇਚਰ 'ਤੇ ਇਹਨੂੰ ਗਰਮ ਕਰਦੇ ਆ, ਅਤੇ ਜਿਹਦੇ ਨਾਲ ਇਹਦੇ ਬੈਕਟੀਰੀਆ ਮਰ ਜਾਂਦੇ, ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਉਬਾਲਦੇ ਹੁੰਦੇ ਆ ਨਾ ਦੁੱਧ, ਅਤੇ ਉੱਦਾਂ ਇਹਨੂੰ ਫਰਮਾਂ ਦੇ ਵਿੱਚ ਕੀਤਾ ਜਾਂਦਾ ਜਿਹਦੇ ਨਾਲ ਬੈਕਟੀਰੀਆ ਖਤਮ ਹੋ ਜਾਂਦੇ ਆ, ਅਤੇ ਉੱਦਾਂ ਵੀ ਇਹਦੀ ਨਾਲੇ ਕੋਲਡ ਚੇਨ ਪ੍ਰੋਸੈਸਿੰਗ ਕੀਤੀ ਜਾਂਦੀ ਆ। ਜਦੋਂ ਇਹ ਮਿਲਕ ਨੂੰ ਕੋਲਡ ਚੇਨ ਪ੍ਰੋਸੈਸਿੰਗ ਥਰੂ ਕੀਤਾ ਜਾਂਦਾ ਆ ਅਤੇ ਗਰਮ ਕਰਕੇ ਪੈਕ ਹੁੰਦਾ ਹੈ, ਨਾਲੇ ਕੇਨੀਆਂ ਦੇ ਵਿੱਚ ਹੁੰਦਾ, ਥੈਲੀਆਂ ਦੇ ਵਿੱਚ ਨਹੀਂ ਹੁੰਦਾ, ਅਤੇ ਜਦੋਂ ਮਿਲਕ ਨੂੰ ਟਰਾਂਸਪੋਰਟ ਕਰਦੇ ਆ ਨਾ, ਇਹਦਾ ਟੈਂਪਰੇਚਰ 2 ਡਿਗਰੀ ਤੋਂ 6 ਡਿਗਰੀ ਦੇ ਵਿੱਚ ਵਿੱਚ ਹੀ ਇਹਨਾਂ ਨੂੰ ਰੱਖਣਾ ਪੈਂਦਾ, ਜਿਹਦੇ ਨਾਲ ਦੁੱਧ ਬਿਲਕੁਲ ਸੇਫ ਹੁੰਦਾ ਅਤੇ ਇਹਦੀ ਕੁਆਲਿਟੀ ਦੇ ਵਿੱਚ ਵੀ ਕੋਈ ਡਿਫਰੈਂਸ ਨਹੀਂ ਹੁੰਦਾ। ਜਿੱਦਾਂ ਕਿ ਦੇਖ ਸਕਦੇ ਹਾਂ, ਦੇਖੋ $4.50 ਦਾ ਲੱਗਿਆ। ਇੱਥੇ ਦੁੱਧ ਸਾਰਾ ਲੀਟਰ 'ਚ ਆਉਂਦਾ ਆ, ਕਿਲੋ ਦੇ 'ਚ ਵੀ ਨਹੀਂ ਆਉਂਦਾ ਜਿੱਦਾਂ ਇੰਡੀਆ ਕਿਲੋ 'ਚ ਆਉਂਦਾ ਆ। ਇਹਨਾਂ ਲੀਟਰ ਦੀਆਂ ਬੋਟਲਸ ਬਣਾ ਕੇ ਰੱਖੀਆਂ। ਇਹ 3 ਲੀਟਰ ਦੀ ਬੋਤਲ ਆ, ਇਹਦਾ $4.50 ਦੀ ਇਹ ਬੋਟਲ ਹੋਈ ਆ, ਪਰ ਜੇ ਆਪਾਂ ਪਰ ਲੀਟਰ ਪ੍ਰਾਈਸ ਦੇਖੀਏ ਇਹ $1.50 ਬਣਦਾ ਆ, ਅਤੇ ਆਪਣੇ ₹82 ਬਣ ਜਾਂਦੇ ਆ ਇੰਡੀਆ ਦੇ। ਅਤੇ ਇੱਦਾਂ ਸਕਿਮ ਮਿਲਕ ਆ, ਇਹਦਾ ਹੈਗਾ $1.60 ਰੇਟ, ਅਤੇ ਇਹ ਆਪਣੇ ₹87 ਦੇ ਪ੍ਰਾਈਜ਼ ਦੇ ਹਿਸਾਬ ਨਾਲ ਲੀਟਰ ਆ। ਸੇਮ ਲਾਈਟ ਮਿਲਕ ਦੀ ਬੋਟਲ ਤੁਸੀਂ ਦੇਖ ਸਕਦੇ ਆ, ਅਤੇ ਲਾਈਟ ਮਿਲਕ ਦਾ ਵੀ ਸੇਮ ਪ੍ਰਾਈਜ਼ ਆ ₹87। ਇਹ ਸਾਰਾ ਫਲੇਵਰ ਐਡ ਮਿਲਕ ਆ, ਸਾਰੇ ਕੋਲਡ ਬੈਵਰੇਜ ਮਿਲਕ, ਇਹਦੇ ਵਿੱਚ ਕੌਫੀਜ਼ ਵੀ ਆ, ਕੋਲਡ ਕੌਫੀਜ਼, ਅਤੇ ਸਟ੍ਰੋਬੇਰੀ ਮਿਲਕ, ਚੋਕਲੇਟ ਮਿਲਕ ਸਾਰੇ ਆ ਜਿੱਦਾਂ ਤੁਸੀਂ ਦੇਖ ਸਕਦੇ ਆ। ਅਤੇ ਇਹ ਜ਼ਿਆਦਾ ਜਿੱਦਾਂ ਨਿਆਣਿਆਂ ਲਈ ਵੀ ਆ, ਇਹਦੇ ਵਿੱਚ ਸ਼ੂਗਰ ਐਡਡ ਹੁੰਦੀ ਆ, ਇਹ ਫਲੇਵਰਡ ਮਿਲਕ ਬਣਾਇਆ ਆ, ਸਾਰਾ ਯੰਮੀ ਆ ਉੱਦਾਂ। ਇਹ ਸਾਰਾ ਲੌਂਗ ਲਾਈਫ ਮਿਲਕ ਆ, ਲੌਂਗ ਲਾਈਫ ਮਿਲਕ ਦੇ ਵਿੱਚ ਤੁਸੀਂ ਕਾਫੀ ਦੇਰ ਤੱਕ ਇਹਨੂੰ ਯੂਜ਼ ਕਰ ਸਕਦੇ ਆ। ਇਹਦੇ ਵਿੱਚ ਡੈਵਨਡੇਲ ਦਾ ਲੋ ਫੈਟ ਵਾਲਾ ਵੀ ਆਉਂਦਾ 2%, ਫੁੱਲ ਕ੍ਰੀਮ ਵੀ ਆਉਂਦਾ ਆ, ਫੁੱਲ ਕ੍ਰੀਮ ਦੇਖੋ $2 ਦਾ ਆ, ਅਤੇ ਤੁਸੀਂ ਇੱਥੋਂ ਹੋਰ ਬ੍ਰਾਂਡ ਦਾ ਵੀ ਲੈ ਸਕਦੇ ਆ। ਆ ਔਰਗੈਨਿਕ ਸੋਏ ਮਿਲਕ ਆਉਂਦਾ ਆ, ਸੋਏ ਲਾਈਟ, ਆ ਕੋਲਸ ਦਾ ਸੋਏ ਮਿਲਕ ਹੈ, ਇਹ ਥੋੜ੍ਹਾ ਚੀਪ ਹੁੰਦਾ ਆ। ਆਲਮੰਡ ਮਿਲਕ, ਪਲਾਂਟ ਬੇਸਡ ਮਿਲਕ, ਡਿਫਰੈਂਟ ਡਿਫਰੈਂਟ ਟਾਈਪ ਦੇ ਇਹਨਾਂ ਨੇ ਮਿਲਕ ਲਾਏ ਆ। ਜਿਹੜਾ ਲੌਂਗ ਲਾਈਫ ਮਿਲਕ ਹੈ ਨਾ, ਇਹਨੂੰ ਅਲਟਰਾ ਹਾਈ ਟੈਂਪਰੇਚਰ 'ਤੇ ਇਹਨੂੰ ਇਹਨਾਂ ਨੇ ਗਰਮ ਕੀਤਾ ਜਾਂਦਾ ਆ 3 ਤੋਂ 4 ਸੈਕਿੰਡ ਲਈ, ਜ਼ਿਆਦਾ ਨਹੀਂ,
क्योंकि इनू नाल ही 3-4 सैकंड करके ता ही इहदी उन्होंने इनू लोंग लाइफ इहदी लाइफ वधाई हुई है। तो फिर उन्हें ठंडा करके पैक किया जाता है, एयर टाइट पैक करके, तो फिर उस तो बाद इनू सैल किया जाता है। यदि मेन चीज़ है जिदा तुम देख सकते ना, अल्ट्रा हीट ट्रीटड है यह मिल्क। आ हैगा जी नैस्ले का स्किम कंडेंसड मिल्क। ਇਹ ਜ਼ਿਆਦਾਤਰ ਆਈਸਕ੍ਰੀਮਾਂ ਪੁਡਿੰਗਸ ਪਾਈਜ਼ ਬਣਾਉਣ ਲਈ ਯੂਜ਼ ਕੀਤਾ ਜਾਂਦਾ। ਇਹਦਾ ਰੇਟ ਹੈਗਾ $3.80 ਦਾ। ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹਾਂ, ਹੋਰ ਵੀ ਇੱਥੇ ਕਾਫੀ ਮਿਲਕ ਲੱਗੇ ਆ, ਡੈਵਨਡੇਲ ਦੇ ਪੈਕਡ ਮਿਲਕਸ ਲੱਗੇ ਆ, ਕਿਡਸ ਦੇ ਵੀ ਮਿਲਕ ਲੱਗੇ ਹੋਏ ਆ। ਆਹ ਕੋਲਸ ਦਾ ਜੀ ਪਾਊਡਰ ਵਾਲਾ ਮਿਲਕ ਆ, ਇਹਨਾਂ ਨੇ 1 ਕਿਲੋ ਦਾ ਬੈਗ $8 ਦਾ ਲਾਇਆ। ਤੁਸੀਂ ਪਾਊਡਰ ਵਾਲਾ ਮਿਲਕ ਵੀ ਲੈ ਸਕਦੇ, ਇਹਦੇ ਵਿੱਚ ਸਕਿਮ ਮਿਲਕ ਵੀ ਆਉਂਦਾ, 99% ਫੈਟ ਫਰੀ ਆ, ਇਹ ਵੀ ਤੁਸੀਂ ਯੂਜ਼ ਕਰ ਸਕਦੇ, ਵਧੀਆ ਆ। ਇਹ ਜੇ ਕਿਤੇ ਤੁਸੀਂ ਕੋਈ ਚੀਜ਼ ਬਣਾਉਣੀ ਆ, ਤੁਸੀਂ ਇਹਨੂੰ ਸਟਾਕ ਕਰਕੇ ਵੀ ਰੱਖ ਸਕਦੇ ਆ ਪਹਿਲਾਂ ਹੀ ਲਿਆ ਕੇ। ਆਹ ਮਿਲਕ ਬਹੁਤ ਵਧੀਆ ਪ੍ਰੋਬਾਇਓਟਿਕ ਆ। चलो जी हुण आपां ले आंदे दुध। मैं दो तरह के दुध लैके आना, एक लाइट मिल्क ते एक स्किम मिल्क। स्किम मिल्क मैं ओट्स यूज़ करता हाँ, तो लाइट मिल्क मैं बिफोर बैड जो कप पीना हुंदा है वो लिआउंदा हाँ। हुण मैं तुहानूं दसदा कि इत्थे वाला दुध इन्नी देर तक लोंग लास्टिंग क्यों हुंदा है। आ हैगा जी लै आंदा आपां लाइट मिल्क। लाइट मिल्क 98% फैट फ्री आ, इह 3 लीटर की बोतल आ। ते आ हैगा स्किम मिल्क। स्किम मिल्क आ लीटर वाला, ये मैं ओट्स यूज़ करता हाँ, ये तां लैके आए हैं। तो हुण मैं तुहानूं दसदा कि स्किम मिल्क दे विच की फर्क है। ये 99% फैट फ्री मिल्क आ, ये सारी इन्होंने फैट कढ़ी हुंदी है, सैचूरेटड फैट, जिहड़ी अनहैल्दी फैट आ बॉडी लई। तो एक अपने जिहड़े अडल्ट्स आ जां जिन्हां नूं कोलेस्ट्रोल दीआं प्रॉब्लम्स आ, जिन्हां दा हाई कोलेस्ट्रोल आ, उन्हां नूं आई थिंक आई डू प्रैफर, ईवन डॉक्टर ते न्यूट्रिशन स्पैशलिस्ट भी उन्हां नूं ये प्रैफर करदे आ स्किम मिल्क पीण नूं, क्योंकि उन्हां नूं इन फ्यूचर कोई भी हार्ट डिजीज़ नहीं लगती। ते बच्चियां नूं फुल क्रीम पीना चाहिए, क्योंकि उन्हां दी ग्रोथ लई उन्हां नूं फुल क्रीम ते दुध दही सारा कुछ पीना चाहिए। बट ज्यों ज्यों आपां 30-40+ हुंदे जांदे आ, ते तुहानूं स्किम और लाइट ही मिल्क पीना चाहिए, तां कि सैचूरेटड फैट वधे ना, ते हार्ट डिजीज़ तो भी छुटकारा पाया जाए, क्योंकि अजकल बहुत ज़्यादा बीमारियां आ गई जो कि डेयरी तो स्टार्ट हुंदियां, ईवन डॉक्टर्स भी कहिंदे आ। ते पुराने जमानियां दे विच ना सारे जने हाल वाहुंदे सी, शरीर नूं पूरा वाहुंदे हुंदे सी, ते अजकल इह चीज़ां नहीं हैगियां। कुछ लोग जिम जांदे आ, मोस्टली लोकी कम तो आके ते घरे बह के सो जांदे आ, शरीरिक जोर नहीं लगता, इस करके उन्हां नूं स्किम मिल्क जां लाइट मिल्क ही पीना चाहिदा आ, तां कि उन्हां दे विच हाई कोलेस्ट्रोल इदां दीआं बीमारियां ना आवे। ते इस करके स्किम मिल्क नूं भी ही प्रैफरेंस देनी चाहीदी आ। तो यही जी मेरा अज का ब्लॉग, छोटा जहा ब्लॉग बनाया है। तो मैं अपना समान लैन गया सी, एक्चुअल मैं सोचा कि आप मिल्क के प्राइजिज़ सारे दसीए A to Z, तो किदा किदा प्राइज़ आ तुहानूं मैं कन्वर्ट करके रुपीज़ दे विच भी दसे आ। तो जे तुहानूं ब्लॉग वधिया लगे ना, तो लाइक करो, कमेंट करो, शेयर करो प्यार दब के। तो प्यार जिहड़े बहुत दे रहे आ उन्हां दा बहुत बहुत धन्नवाद। सत श्री अकाल जी, हुण मिलदे आ नैक्सट ब्लॉग दे विच।